असलम दोस्तों क्या हाल है ख़ैरियत ठीक हो तबीयत सी ठीक है फिट हो आज एक नवी वीडियो नाल हाज़र थे से असा एक, 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 एक एक्सपेरिमेंट करें देखे पे से हाँ कोक की बोतल नल। ते आज मौसम बारिश दा मौसम है से मतलब अपने दोस्तों को एंटरटेनमेंट करो हुई शायद नाल वीडियो को सा लाजमी लिख सो वीडियो को लाइक कर ही सब चैनल को जरूर सब्सक्राइब करो और कमेंट के अपनी राय जरूर दिए किसी को वीडियो चंगी लगी कहना और अॻिए त नेक्स्ट तोसां अगरि जहिड़े हींद एक्सपेरिमेंट जे ही ते दे बारे आखसो असां इनशा हुन वीडियो ज़रूरु पढ़ूं और कॉमेंट असां लाज़मी आखणा आहे त चलंदे चलंदेसीं वीडियो जी तरफ़ असांजी दू बोतल मौजूदु आहिनि हिकु कोका कोला और जी एस प्राइट तां नमक तयार इन विच नमक सट त ॾे तूं क्यार इहा एक्शन असां नमक ਗਲਾਸ ਮੌਜੂਦ ਹੈ ਗਲਾਸ ਗਲਾਸ ਦੇ ਵਿੱਚ ਪੈਂਦੇ ਵੈਸੇ ਤਾਂ ਹੁਣ ਇਹ ਨਮਕ ਅਸਾਂ ਇਹਨਾਂ ਡੂ ਬੋਤਲਾਂ ਦੇ ਵਿੱਚ ਸਟੇਸ ਨੂੰ ਕਿ ਦੇ ਕੀ ਰਿਐਕਸ਼ਨ ਹੁੰਦੇ ਸਾਂ ਨਾਲ ਨਾਲ ਰਾਹ ਇਹ ਵੀਡੀਓ ਮੁਕੰਮਲ ਲਿਖੀ ਜੋ ਵੀਡੀਓ ਕੋ ਸਕਿਪ ਨਹੀਂ ਕਰਨਾ ਤਾਂ ਮਜ਼ਾ ਕੇ ਨਾਮ ਸੇ ਸੇ ਕੋ ਉਹ ਗਲਾਸ ਦੇ ਵਿੱਚ ਪੈਂਦੇ ਪੈਸੇ ਇੱਕ ਥੈਲੀ ਨਮਕ ਦੀ ਇੱਕ ਗਲਾਸ ਚ ਪਾਤੀ ਸੀ ਹੁਣ ਦੂਜੀ ਥੈਲੀ ਵੀ ਦੂਜੇ ਗਲਾਸ ਚ ਪਾੰਦੇ ਸੀ ਤਾਂ ਕਿ ਦੂਜੀ ਬੋਤਲ ਦੇ ਵਿੱਚ ਹੀ ਕੋ ਸਟੋ ਸਾਰ ਨਮਕ ਪਾਗ ਦੇ ਸੀ ਗਲਾਸ ਦੇ ਵਿੱਚ ਤਾਂ ਹੁਣ ਹੁਣ ਇਹ ਨਮਕ ਆਸਾਨ ਹੁਣ ਬੋਤਲਾਂ ਸੜੰਦੇ ਸੀ ਉਹ ਅਸਾਂ ਬੋਤਲਾਂ ਮੌਜੂਦ ਹਨ ਇੱਕ ਕੋਕ ਦੀ ਬੋਤਲ ਹੈ ਐਕਸਪਾਇਰੀ ਡੇਟ ਇਸ ਅਸਾਂ ਤੋਂ ਕੋ ਪਹਿਲੇ ਦਾ ਸੀ ਐਸੇ ਤਾਂ ਦੇ ਦੇ ਸੀ ਕਿਹੜੀ ਬੋਤਲ ਦੇ ਵਿੱਚ ਜ਼ਿਆਦੀ ਝਾਗ ਥੀਂਦੀ ਏ ਤੇ ਔਰ ਪ੍ਰੈਸ਼ਰ ਜ਼ਿਆਦਾ ਕੇ ਰਹੀ ਬੋਤਲ ਦਾ ਉੱੜਦੇ ਜੀ ਆਂ ਦੋਸਤੋ ਐਕਸਪੈਰੀਮੈਂਟ ਬਿਲਕੁਲ ਤਿਆਰ ਹੈ ਅਸਾਂ ਨਮਕ ਵੀ ਰਾਗੀ ਦੇ ਸੇ ਔਰ ਡੂ ਬੋਤਲਾ ਵੀ ਇੱਕ ਮਤਲਬ ਕਿ ਕੋਕਾ ਕੋਲਾ ਦੇ ਇੱਕ ਸਪਰੇਅ ਜਿਵੇਂ ਸੋ ਕੋ ਪੈਰਡਸ ਐਸੇ ਬਿਲਕੁਲ ਰੈਡੀ ਸਭ ਕੁਝ ਤਿਆਰ ਹੈ ਤਾਂ ਚੈਨਲ ਕੋ ਯਾਰ ਜ਼ਰੂਰ ਸਬਸਕ੍ਰਾਈਬ ਕਰਿਓ ਕਿਤਨਾ ਮਿਹਨਤ ਨਾਲ ਸਾ ਵੀਡੀਓ ਬਣਾਉਂਦੇ ਪੈਸੇ ਤੇਰੇ ਵਾਸਤੇ ਤਾਂ ਕਿ ਤੁਸੀਂ ਇੰਜੋਏ ਕਰੋ ਘਰ ਬੈਠੇ ਤੁਸੀਂ ਸਾਡੀਆਂ ਵੀਡੀਓ ਕੋ ਦੇਖੋ चैनल को जरूर सब्सक्राइब करे सो तो असाइट मौजूद से आप अपने गाँव के नाल जो दरिया है दरिया भी काफ़ी तेज थी काफ़ी ज़्यादा पानी थी गए पानी बाहर आता पा हाँ, बिल्कुल असड को मट्टी शट्टी रखी है हूँ पानी हूँ बहर कह नहीं आता पार रुक गए पानी त बस लैट्स गो वीडियो स्टार्ट करेंदे से और तुसा एक्सपेरिमेंट देख सो इनशाला बहु मजाम से भ्यादर, भ्यादर। भ्यादर, भ्यादर। ली बोतल इस सूरत हाल है सर के ਹੁਣ ਇਹਦੇ ਜਿੰਨਾ ਨਮਕ ਸਟੋ ਬਿਲਕੁਲ ਹੁਣ ਕੋਈ ਨਾਈ ਹੋ ਕਹਿੰਦੀਦਾ ਪ੍ਰੈਸ਼ਰ ਗੈ ਨਹੀਂ ਵੜਦਾ ਕਿਉਂਕਿ ਇਹਦਾ ਸਾਰੋ ਗੈਸ ਨਿਕਲ ਚੁਕੇ ਜੀ ਆ ਦੋਸਤੋ ਜਿਵੇਂ ਕਿ ਸਾਂ ਢਿਠੇ ਕੇ ਪਹਿਲੀ ਬੋਤਲ ਦੇ ਕਿਆ ਕਿਵੇਂ ਇਹੋ ਤੇ ਕਿਤਨਾ ਪ੍ਰੈਸ਼ਰ ਆ ਤਾਂ ਹੁਣ ਦੂਜੀ ਬੋਤਲ ਦੇ ਕਰਿੰਦੇ ਸੇ ਦੂਜੀ ਬੋਤਲ ਦੇ ਨਮਕ ਸਟੋ ਦੇ ਹੁੰਦਾ ਉਹਦਾ ਕਿਆ ਰਿਐਕਸ਼ਨ ਆ ਉਹਦੇ ਵਿੱਚ ਕਿਤਨਾ ਪ੍ਰੈਸ਼ਰ ਵੜਦੇ ਬੋਤਲ ਦਾ ਕਿਆ ਥਿੰਦਾ ਤਾਂ ਲੈਟਸ ਗੋ ਜੀ ਹਾਂ ਦੋਸਤੋ ਜਿਵੇਂ ਕਿ ਤੁਸੀਂ ਡਿਠੇ ਕਿ ਕੋਕਾ ਕੋਲਾ ਮਤਲਬ ਇਤਨਾ ਇਤਨਾ ਹੁੰਦਾ ਪ੍ਰੈਸ਼ਰ ਕਹਿਣਾ ਨਮਕ ਸਟਰਨ ਨਾਲ ਇਤਨਾ ਉਹ ਇਤਨਾ ਪ੍ਰੈਸ਼ਰ ਨਹੀਂ ਬੜਿਆ ਜਿੰਨਾ ਸਪਰਾਈਟ ਦਾ ਬੜਿਆ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਜ਼ਿਆਦਾ ਗੈਸ ਹੁੰਦੇ ਉਹਦੇ ਜ਼ਿਆਦਾ ਪ੍ਰੈਸ਼ਰ ਹੁੰਦੇ ਕੋਕਾ ਕੋਲਾ ਦੀ ਬਨਸਬਤ ਤਾਂ ਵੀਡੀਓ ਦਾ اختتام ਕਰਦੇ ਸੇ ਮੇਰੇ ਖਿਆਲ ਸੇ ਕੋ ਵੀਡੀਓ ਬਹੁਤ ਪਸੰਦਾ ਹੀ ਹੋ ਸੇ ਬਹੁਤ ਯਾਰ ਤੁਸੀਂ ਚੈਨਲ ਕੋ ਸਬਸਕ੍ਰਾਈਬ ਕਿਉਂ ਨਹੀਂ ਕਰ ਰਹਿੰਦੇ ਸਬਸਕਰ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਲੱਗਣ ਲੱਗਦੇ ਰਹਿੰਦੇ ਇੱਕ ਰੈੱਡ ਕਲਰ ਦਾ ਬਟਨ ਹੁੰਦਾ ਤਲੋਂ ਸਬਸਕ੍ਰਾਈਬ ਲਿਖਿਆ ਹੋਇਆ ਹੁੰਦਾ ਹੂੰ ਕੋ ਦਬਾ ਦੇਣਾ ਹੁੰਦਾ ਸਬਸਕ੍ਰਾਈਬ ਥੀਂ ਰੰਦੇ ਔਰ ਨਾਲ ਇੱਕ ਬੈਲ ਆਕਨ ਦਾ ਬਟਨ ਹੁੰਦਾ ਜੇ ਕੋ ਘੰਟੀ ਸਿਰੰਦਨ ਸੋ ਹੂੰ ਕੋ ਦਬਾ ਆਲ ਟੇਨੇਬਲ ਕਰ ਖੜਾਇਆ ਕਰੋ ਉਹਨਾਂ ਫਾਇਦਾ ਇਹ ਹੈ ਕਿ ਸਾਰੀ ਜੋ ਵੀ ਵੀਡੀਓ ਨਵੀਂ ਅਪਲੋਡ ਥੀ ਸੇ ਉਹ ਫੌਰੀ ਤੌਰ ਤੇ ਸੇ ਕੋ ਮਿਲਵੇ ਸੇ ਤਾਂ ਅਸਾਂ ਆਪ ਵੀ ਵੀਡੀਓ ਦੇ ਵਿੱਚ ਅਸਾਂ ਆਪਣੇ ਚੈਨਲ ਦੇ ਉਤੇ ਸਰਾਇਕੀ ਵੀਡੀਓ ਐਕਸਪੈਰੀਮੈਂਟ ਵੀ ਸਟਾਰਟ ਕਰਦੇ ਸੇ ਸਾਡੇ ਚੈਨਲ ਤੇ ਇਨਸ਼ਾਅੱਲਾ ਜਿਵੇਂ ਤੁਸੀਂ ਆਖਦੇ ਰਹੇ ਸੋ ਜੋ ਚੀਜ਼ ਐਕਸਪੈਰੀਮੈਂਟ ਇਨਸ਼ਾਅੱਲਾ ਅਸਾਂ ਆਪਣੀ ਵੀਡੀਓ ਦੇ ਵਿੱਚ ਹੁਣ ਸ਼ਾਇਦ ਐਕਸਪੈਰੀਮੈਂਟ ਕਰੈਸੋ ਔਰ ਸੇਕੋ ਵੀਡੀਓ ਦੇ ਜ਼ਰੀਏ ਐਂਟਰਟੇਨਮੈਂਟ ਕਰੈਸੋ ਤਾਂ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਕੋ ਵੀ ਆਲ ਦੇ ਐਨੇਬਲ ਕਰ ਖੜਾਓ ਤਵਾਂ ਇਨਸ਼ਾਅੱਲਾ ਮਿਲਦੇ ਸੇ ਵਾਲਾ ਕੀ ਨਵੀਂ ਵੀਡੀਓ ਨਾਲ ਤਬ ਤੱਕ ਲਈ ਅਸਾਂ ਕੋਈ ਇਜਾਜ਼ਤ ਦਿਓ ਅੱਲਾ ਹਾਫਿਜ਼